ਲੇਡੀਜ਼ ਦੀ ਪ੍ਰੈਜੈਂਸ, ਬਜ਼ੁਰਗਾਂ ਦੀ ਪ੍ਰੈਜੈਂਸ, ਬੱਚਿਆਂ ਲਈ ਤਾਂ ਚਲੋ ਐਂਟਰਟੇਨਮੈਂਟ ਹੈ ਭਾਵੇਂ ਸਮਝ ਇਹਨਾਂ ਨੂੰ ਕੁਛ ਨਹੀਂ ਹੋਣਾ ਭਾਸ਼ਣ ਦਾ, ਪਰ ਤੁਹਾਡੇ ਸਾਰਿਆਂ ਦਾ ਇਕੱਠ ਆਪਦੇ ਆਪ 'ਚ ਬਿਨਾਂ ਤੁਹਾਡੇ ਕਿਹਾ ਇਹ ਬੋਲਦਾ ਹੈ ਕਿ ਤੁਸੀਂ ਸਾਰੇ ਸਾਡੇ ਨਾਲ, ਤੁਹਾਨੂੰ ਦੱਸਣ ਦੀ ਲੋੜ ਨਹੀਂ। ਇੱਥੇ ਮੈਨੂੰ ਬੱਚਾ ਇੱਥੇ ਆ ਕੇ ਬੁਲੰਦ ਕਰਤਾ, ਇਸ ਗੱਲ ਦੀ ਵੀ ਮੈਂ ਤੁਹਾਡੀ ਬਹੁਤ ਧੰਨਵਾਦੀ। ਨਹੀਂ ਤਾਂ ਜਨਰਲੀ ਇਸ ਟਾਈਮ 'ਤੇ ਲੇਡੀਜ਼ ਨੂੰ ਘਰੋਂ ਸਦਲੋਂ ਨਿਕਲਦੀਆਂ ਹੀ ਨਹੀਂ, ਆਉਣਾ ਮੁਸ਼ਕਿਲ ਵੀ ਬਹੁਤ ਹੈ। ਤੁਹਾਡਾ ਹੀ ਇੱਥੇ ਪ੍ਰੈਜੈਂਸ ਬਹੁਤ ਕੁਛ ਦੱਸਦੀ ਹੈ ਬਿਨਾਂ ਕਿਹਾ। ਲੋਕ ਸਭਾ ਚੋਣਾਂ ਹੁਣ ਜਾ ਰਹੀਆਂ ਨੇ, ਸਭ ਤੋਂ ਪਹਿਲੀ ਬੇਨਤੀ ਮੈਂ ਸਾਰਿਆਂ ਦੇ ਅੱਗੇ ਕਰੂੰਗੀ, ਚੋਣ ਕਰਨ ਦਾ ਮੌਕਾ 5 ਸਾਲਾਂ ਬਾਅਦ ਇੱਕ ਵਾਰੀ ਮਿਲਦਾ। ਇੱਕ ਵਾਰੀ ਚੋਣ ਗਲਤ ਹੋ ਗਈ ਤਾਂ 5 ਸਾਲ ਉਸੇ ਨਾਲ ਰਹਿਣਾ ਪੈਂਦਾ, ਉਹੀ ਕੱਟਣਾ ਪੈਂਦਾ। ਪਹਿਲਾਂ ਹੀ ਚੰਗਾ ਉਮੀਦਵਾਰ ਚੁਣ ਕੇ ਲਿਆਓ ਜਿਹੜਾ ਤੁਹਾਡੀ ਵੋਟ ਦੀ ਕਦਰ ਸਮਝੇ, ਜਿਹੜਾ ਤੁਹਾਡੇ ਹੱਕਾਂ ਦੀ ਪਛਾਣ ਕਰੇ, ਜਿਹੜਾ ਤੁਹਾਡੀ ਆਵਾਜ਼ ਬਣ ਕੇ ਪਾਰਲੀਮੈਂਟ ਵਿੱਚ ਗੂੰਜੇ, ਉਹ ਆਵਾਜ਼ ਚੁਣ ਕੇ ਬਠਿੰਡੇ 'ਚੋਂ ਚੁਣ ਕੇ ਭੇਜੀ। ਪਹਿਲੀ ਗੱਲ, ਮਗਰਲੇ 10 ਸਾਲਾਂ ਤੋਂ ਅਕਾਲੀ ਦਲ ਤੋਂ ਬੀਬਾ ਬਾਦਲ ਇੱਥੋਂ ਜਿੱਤਦੇ ਆ ਰਹੇ ਨੇ, ਜਾਂ ਮੈਂ ਇਹ ਆਖਾਂ ਕਿ ਜਿਉਂ ਦੇਸ਼ ਆਜ਼ਾਦ ਹੋਇਆ ਹੈ, 2 ਵਾਰੀ ਕਾਂਗਰਸ ਜਿੱਤੀ ਐਮ ਪੀ ਇਲੈਕਸ਼ਨ ਵਿੱਚ ਅਤੇ ਸ਼ਾਇਦ 1 ਵਾਰੀ ਕਾਂਗਰਸ ਜਿੱਤੀ, ਮਤਲਬ ਹਰ ਵਾਰੀ ਅਕਾਲੀ ਜਿੱਤਦੇ ਆ ਰਹੇ ਹੈ, ਅਤੇ ਕੋਈ ਐਸੀ ਡਿਵੈਲਪਮੈਂਟ ਮੈਨੂੰ ਅੱਜ 180 ਪਿੰਡ ਪੂਰੇ ਹੋ ਗਏ, 180 ਪਿੰਡਾਂ ਜਾਇਆ ਹੀ ਹੈ, ਕਿਸੇ ਇੱਕ ਪਿੰਡ ਦੇ ਵਿੱਚ ਵੀ ਕੋਈ ਐਸੀ ਚੀਜ਼ ਨਜ਼ਰ ਨਹੀਂ ਆਈ ਕਿ ਬੀਬਾ ਜੀ ਦਾ ਹਲਕਾ ਹੈ ਜਾਂ ਬੀਬਾ ਜੀ ਦਾ ਇਲਾਕਾ ਅਤੇ ਬੀਬਾ ਜੀ ਨੇ ਕੁਛ ਨਵਾਂ ਲਿਆਂਦਾ। ਹਰ ਪਿੰਡ ਮੁੱਢਲੀਆਂ ਜ਼ਰੂਰਤਾਂ ਤੋਂ ਵਾਂਝਾ ਪਿਆ, ਪਾਣੀ, ਸੜਕਾਂ ਤਾਂ ਹਰ ਪਿੰਡ ਦੀ ਜ਼ਰੂਰਤ ਹੈ। ਬੜੇ ਪਿੰਡਾਂ ਦੇ ਵਿੱਚ 5ਵੀਂ ਤੱਕ ਦੇ ਸਕੂਲ ਵੀ ਬੰਦ ਪਏ। ਬਾਦਲ ਕਿਹਾ ਕਰਦੇ ਸੀ ਜੀ ਅਸੀਂ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿਆਂਗੇ, ਤੁਹਾਨੂੰ ਸੁਣਿਆ ਹੋਣਾ ਹੈ ਸਾਰਿਆਂ ਨੇ, ਕਿਸੀ ਮਹਾਰਾਜਾ ਰਣਜੀਤ ਸਿੰਘ ਨੇ ਜਿਵੇਂ ਪੰਜਾਬ 'ਤੇ ਰਾਜ ਕੀਤਾ ਸੀ ਉਹ ਰਾਜ ਕਰਾਂਗੇ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਹੈ ਕਿ ਕੀ ਮਹਾਰਾਜਾ ਰਣਜੀਤ ਸਿੰਘ ਬਿਆਸ ਰਾਵੀ ਤੋਂ, ਬਿਆਸ ਦੇ ਕੰਢੇ ਤੋਂ ਰੇਤਾ ਤੇ ਬਜਰੀ ਦਾ ਵਪਾਰ ਕਰਦੇ ਸੀ? ਕੀ ਜਿਵੇਂ ਇਹਨਾਂ ਨੇ ਸਾਰੇ ਪੰਜਾਬ ਦੇ ਬੱਸਾਂ ਦੇ ਪਰਮਿਟ ਲਏ ਹੋਏ ਹੈ, ਕੀ ਉਦੋਂ ਉਹਨਾਂ ਨੇ ਵੀ ਸਾਰੇ ਆਵਾਜਾਈ ਦੇ ਸਾਧਨਾਂ ਦੇ ਪਰਮਿਟ ਆਪਦੇ ਕੋਲ ਰੱਖੇ ਹੋਏ ਸੀ? ਕੀ ਉਹਨਾਂ ਨੇ ਵੀ ਜੋ ਸਾਡੇ ਗੁਰੂ ਸਾਹਿਬ ਨਾਲ ਇਹਨਾਂ ਨੇ ਕੀਤਾ, ਕੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੁਝ ਸਾਡੇ ਗੁਰੂ ਨਾਲ ਕੀਤਾ ਸੀ? ਜੋ ਪੰਜਾਬ ਦੀ ਲੁੱਟ ਇਹਨਾਂ ਨੇ ਕੀਤੀ, ਜੋ ਪੰਜਾਬ ਦੇ ਸਿਰ ਤੇ 2.25 ਲੱਖ ਕਰੋੜ ਦਾ ਖਰਚਾ ਛੱਡਿਆ, ਕੀ ਮਹਾਰਾਜਾ ਰਣਜੀਤ ਸਿੰਘ ਨੇ ਇਹ ਕੁਝ ਕੀਤਾ ਸੀ? ਮੈਂ ਕੰਪੇਅਰ ਕਰ ਰਹੀ ਹਾਂ ਕਿਉਂਕਿ ਇਹਨਾਂ ਨੇ ਆਪਦੇ ਮੂੰਹ ਨਾਲ ਆਖਿਆ ਸੀ ਕਿ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਦਿਆਂਗੇ ਤੁਹਾਨੂੰ। ਸਾਰੀ ਉਮਰ ਪੰਥ ਦੇ ਨਾਂ ਤੇ ਵੋਟਾਂ ਮੰਗੀਆਂ ਅਕਾਲੀ ਦਲ ਨੇ, ਬੀਬਾ ਜੀ ਨੇ ਗੁਰੂ ਗ੍ਰੰਥ ਸਾਹਿਬ ਦੇ ਨਾਂ ਤੇ ਵੋਟ ਮੰਗੀ, ਇਲੈਕਸ਼ਨ ਲੜੇ, ਇਲੈਕਸ਼ਨ ਜਿੱਤੇ। ਮੈਂ ਬੀਬਾ ਬਾਦਲ ਨੂੰ ਇੱਕ ਸਵਾਲ ਕਰਦੀ ਹਾਂ, ਬੀਬਾ ਜੀ ਜਦੋਂ ਸਾਡੇ ਗੁਰੂ ਸਾਹਿਬ ਦੇ ਅੰਗ ਰੂੜੀਆਂ ਤੇ ਖਿਲਾਰੇ ਜਾ ਰਹੇ ਸੀ ਤੁਸੀਂ ਉਦੋਂ ਕਿੱਥੇ ਸੀ? ਇੱਕ ਵਾਰੀ ਨਹੀਂ ਹੋਇਆ, ਇਹ 2 ਵਾਰੀ ਨਹੀਂ ਹੋਇਆ,
ਅਨੇਕਾਂ ਵਾਰ ਹੋਇਆ ਰੋਜ਼ ਅਖਬਾਰ ਦੇ ਪਹਿਲੇ ਪੰਨੇ ਤੇ ਛਪਦਾ ਸੀ। ਕੱਲਾ ਪੰਜਾਬ ਦੇ ਵਿੱਚ ਹੀ ਨਹੀਂ ਪੂਰੀ ਦੁਨੀਆ 'ਚ ਛਪਦਾ ਸੀ ਕਿਉਂਕਿ ਪੰਜਾਬੀ ਦੁਨੀਆ ਦੇ ਹਰ ਕੋਨੇ 'ਚ ਰਹਿੰਦੇ ਆ। ਤੁਸੀਂ ਬੀਬਾ ਜੀ ਉਦੋਂ ਕਿੱਥੇ ਸੀ? ਕੀ ਤੁਹਾਨੂੰ ਉਦੋਂ ਸਾਡੇ ਗੁਰੂ ਦੀ ਲੋੜ ਮਹਿਸੂਸ ਨਹੀਂ ਹੋਈ ਕਿ ਤੁਸੀਂ ਸਾਰੀ ਉਮਰ ਢੋਂਗ ਹੀ ਕਰਦੇ ਰਹੇ ਸਿੱਖ ਹੋਣ ਦਾ? ਜਾਂ ਤੁਹਾਨੂੰ ਇਹ ਭੁਲੇਖਾ ਪੈ ਗਿਆ ਕਿ ਦੁਨੀਆ ਦੇ ਦੂਜੇ ਸਿੱਖ ਨਹੀਂ ਤੇ ਤੁਸੀਂ ਇਕੱਲੇ ਹੀ ਸਿੱਖ ਹੋ, ਗੁਰੂ ਤਾਂ ਇਕੱਲਾ ਤੁਹਾਡਾ ਹੀ ਹੈ, ਇਹਨੂੰ ਜਦੋਂ ਜੀ ਕਰੇ ਉਦੋਂ ਵਰਤ ਲਓ ਤੇ ਜਦੋਂ ਜੀ ਕਰੇ ਆ ਕੁਛ ਕਰ ਲਓ। ਪੰਜਾਬ ਦੇ ਵਿੱਚ ਜਦੋਂ ਕੋਈ ਬੱਚਾ ਪੈਦਾ ਹੁੰਦਾ ਹੈ ਤਾਂ ਮਾਂ ਉਹਨੂੰ ਵਾਹਿਗੁਰੂ ਜ਼ਰੂਰ ਸਿਖਾਉਂਦੀ ਹੈ। 70% ਲੋਕ ਸਿੱਖ ਹੈ। ਮੇਰੀ ਮਦਰ ਨੇ ਵੀ ਪਹਿਲਾ ਅੱਖਰ ਮੈਨੂੰ ਵਾਹਿਗੁਰੂ ਸਿਖਾਇਆ ਸੀ। ਗੁਰੂ ਗ੍ਰੰਥ ਸਾਹਿਬ ਪੜ੍ਹਨਾ ਮੇਰੇ ਮਦਰ ਨੇ ਵੀ ਮੈਨੂੰ ਸਿਖਾਇਆ। ਇਹ ਅੱਜ ਤਾਈਂ ਕਦੀ ਕਿਸੇ ਭਾਸ਼ਣ 'ਚ ਆਖਿਆ ਨਹੀਂ, ਆਹ 2 ਦਿਨਾਂ ਤੋਂ ਕਹਿਣਾ ਸ਼ੁਰੂ ਕੀਤਾ ਕਿਉਂਕਿ ਇਹਨਾਂ ਨੇ ਸਾਡੇ ਗੁਰੂ ਨਾਲ ਉਹ ਕੁਛ ਕਰਤਾ ਜੋ ਸੁਪਨੇ ਵਿੱਚ ਵੀ ਕੋਈ ਬੰਦਾ ਨਹੀਂ ਸੋਚ ਸਕਦਾ। ਆਸੇ ਪਾਸੇ ਨਿਗਾਹ ਘੁਮਾ ਕੇ ਵੇਖੋ, ਦੁਨੀਆ ਦਾ ਇਤਿਹਾਸ ਪੜ੍ਹੋ, ਕਦੀ ਕਿਸੇ ਬੰਦੇ ਨੇ ਖੁਦ ਆਪਦੇ ਧਰਮ ਨਾਲ ਜਾਂ ਆਪਦੇ ਗੁਰੂ ਨਾਲ ਆਪਦੇ ਹੱਥੀ ਇਹ ਕੁਛ ਨਹੀਂ ਕੀਤਾ ਜੋ ਬਾਦਲਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਕੀਤਾ। ਚੀਜ਼ਾਂ ਚਲੀਆਂ ਜਾਣ ਵਾਪਸ ਆ ਜਾਂਦੀਆਂ, ਪੈਸਾ ਧੇਲਾ ਚਲਾ ਜਾਵੇ ਵਾਪਸ ਆ ਜਾਂਦਾ, ਪਰ ਜੋ ਗੁਰੂ ਦੀ ਪੱਗ ਨੂੰ ਇਹਨਾਂ ਨੇ ਹੱਥ ਪਾਇਆ ਕੀ ਉਹ ਚੀਜ਼ ਵਾਪਸ ਆ ਸਕਦੀ ਹੈ? ਮੈਂ ਤੁਹਾਨੂੰ ਪੁੱਛਦੀ ਹਾਂ, ਆ ਸਕਦੀ ਹੈ? ਮੈਂ ਬੀਬਾ ਨੂੰ ਸਵਾਲ ਕਰਦੀ ਹਾਂ, ਮੈਂ ਚਾਹੁੰਦੀ ਹਾਂ ਕਿ ਬੀਬਾ ਜੀ ਆ ਕੇ ਇੱਕ ਵਾਰੀ ਡਿਬੇਟ ਤੇ ਬਹਿ ਜਾਣ ਤੇ ਸਵਾਲ ਕਰਨ ਇਹਨਾਂ ਗੱਲਾਂ ਦਾ। ਵੇਖੋ, ਲੋਕਾਂ ਨੇ ਵੋਟਾਂ ਪਾਈਆਂ ਵਿਸ਼ਵਾਸ ਤੇ, ਲੋਕਾਂ ਨੇ ਵੋਟਾਂ ਪਾਈਆਂ ਕਿ ਬੀਬਾ ਜੀ ਕੁਛ ਸਵਾਰਨਗੇ, ਲੋਕਾਂ ਨੇ ਬੜਾ ਵਿਸ਼ਵਾਸ ਜਤਾਇਆ ਧਰਮ ਨੂੰ ਅੱਗੇ ਰੱਖ ਕੇ ਤੱਕੜੀ ਤੇ ਵੋਟ ਪਾਈ। ਬੜੀਆਂ ਵੋਟਾਂ ਬੀਬਾ ਜੀ ਨੂੰ ਇਸ ਲਈ ਪੈ ਜਾਂਦੀਆਂ ਸੀ ਕਿ ਉਹ ਵੋਟ ਵਾਹਿਗੁਰੂ ਨੂੰ ਜਾ ਰਹੀ ਹੁੰਦੀ ਸੀ, ਉਹ ਬੀਬਾ ਨੂੰ ਨਹੀਂ ਸੀ ਜਾ ਰਹੀ ਹੁੰਦੀ। ਲੋਕਾਂ ਦੇ ਵਿਸ਼ਵਾਸ ਨੂੰ ਇਹਨਾਂ ਨੇ ਝੰਜੋੜ ਕੇ ਰੱਖਤਾ। ਰਾਜਾ ਜੀ ਨੇ 2 ਇਲੈਕਸ਼ਨ ਗਿੱਦੜਬਾਹਾ ਤੋਂ ਲੜੇ ਹੈ, ਜਿੱਤੇ ਹੈ, ਪਰ ਕਿਸੇ ਕੈਂਪੇਨ ਦੇ ਵਿੱਚ ਮੈਂ ਗੁਰੂ ਸਾਹਿਬ ਦਾ ਨਾਮ ਕਿਸੇ ਭਾਸ਼ਣ 'ਚ ਨਹੀਂ ਲਿਆ। ਮੈਂ ਗੁਰਦੁਆਰਾ ਸਾਹਿਬ ਦੇ ਵਿੱਚ ਖੜ ਕੇ ਜਿੱਥੇ ਪ੍ਰਕਾਸ਼ ਹੋਵੇ ਉਹਦੇ ਨਾਲ ਮੈਂ ਕਦੀ ਭਾਸ਼ਣ ਨਹੀਂ ਦਿੰਦੀ। ਮੈਨੂੰ ਇਹ ਲੱਗਦਾ ਕਿ ਗੁਰੂ ਸਾਹਿਬ ਦੇ ਕੋਲ ਖੜ ਕੇ ਬੋਲਣਾ ਵੀ ਇੱਕ ਸਾਹਿਬ ਦੀ ਬੇਅਦਬੀ ਹੈ। ਅੱਜ ਮਜਬੂਰ ਹੋ ਗਏ ਗੁਰੂ ਸਾਹਿਬ ਦਾ ਨਾਂ ਲੈ ਕੇ ਭਾਸ਼ਣ 'ਚ ਬੋਲਣਾ, ਇਹਨਾਂ ਨੇ ਸਾਨੂੰ ਮਜਬੂਰ ਕਰਤਾ ਬੋਲਣ 'ਤੇ, ਕਿਉਂਕਿ ਸਭ ਨੂੰ ਅਵੇਅਰ ਕਰਨਾ ਬਹੁਤ ਜ਼ਰੂਰੀ ਹੈ ਕਿ ਦੇਖੋ ਇਹਨਾਂ ਲੋਕਾਂ ਨੂੰ ਜਿਨ੍ਹਾਂ ਨੂੰ ਤੁਸੀਂ ਗੱਦੀਆਂ ਬਖਸ਼ੀਆਂ, ਜਿਨ੍ਹਾਂ ਨੂੰ ਮੰਤਰਾਲੇ ਦਵਾਏ, ਉਹ ਲੋਕ ਇਹ ਡਿਜ਼ਰਵ ਨਹੀਂ ਸੀ ਕਰਦੇ। ਸਾਰੀ ਉਮਰ ਆਪਾਂ ਨੂੰ ਗੁੰਮਰਾਹ ਕਰਦੇ ਰਹੇ ਕਿ ਅਸੀਂ ਧਰਮ ਦੇ ਰਾਖੀ ਹੈ, ਆਪਦੇ ਆਪ ਨੂੰ ਪੰਥ ਰਤਨ ਖਵਾਉਂਦੇ ਰਹੇ, ਆਪਦੇ ਰਾਜ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨਾਲ ਕੰਪੇਅਰ ਕਰਦੇ ਰਹੇ। ਮਹਾਰਾਜਾ ਰਣਜੀਤ ਸਿੰਘ ਨੇ ਹਰਿਮੰਦਰ ਸਾਹਿਬ ਤੇ ਛਤਰ ਚੜਾਇਆ, ਮਹਾਰਾਜਾ ਰਣਜੀਤ ਸਿੰਘ ਦਾ ਇੱਕ ਬੁੰਗਾ ਬੁੰਗੇ ਬਣੇ ਹੋਏ ਸੀ। ਮੈਂ ਤੁਹਾਨੂੰ ਗੱਲ ਹੋਰ ਦੱਸਦੀ ਹਾਂ, ਗੱਲ ਕਰਦੇ ਕਰਦੇ ਮੈਨੂੰ ਗੱਲ ਯਾਦ ਆ ਗਈ। ਹਰਿਮੰਦਰ ਸਾਹਿਬ ਤੋਂ ਆਪਾਂ ਸਾਰਿਆਂ ਨੇ ਵੇਖਿਆ ਉਹਦੇ ਨਾ ਚਾਰੇ ਕੋਰਨਰਸ ਤੇ ਬੁੰਗੇ ਬਣੇ ਹੋਏ ਸੀ, ਅੰਡਰਗਰਾਊਂਡ ਰਸਤਾ ਆਉਂਦਾ ਸੀ ਜਿੱਥੋਂ ਇੱਕ ਬੁੰਗਾ ਉਹਦੇ ਵਿੱਚੋਂ ਮਹਾਰਾਜਾ ਰਣਜੀਤ ਸਿੰਘ ਦਾ ਸੀ, ਜਿਸ ਬੁੰਗੇ ਚੋਂ ਉਹ ਮੱਥਾ ਟੇਕਣ ਸਿੱਧੇ ਦਰਬਾਰ 'ਚ ਵੜਦੇ ਸੀ। ਤੁਹਾਨੂੰ ਪਤਾ ਐਸ ਜੀ ਪੀ ਸੀ ਨੇ ਉਹ ਚਾਰੇ ਬੁੰਗੇ ਢਾ ਕੇ ਬਿਲਕੁਲ ਨਾਮੋ ਨਿਸ਼ਾਨ ਹੀ ਮਕਾਤਾ ਉਹਨਾਂ ਦਾ, ਕੋਈ ਬੁੰਗਾ ਅੱਜ ਐਗਜ਼ਿਸਟ ਨਹੀਂ ਕਰਦਾ।
ਜਦਕਿ ਉਹ ਬੜਾ ਵੱਡਾ ਹਿਸਟੋਰੀਕਲ ਫੈਕਟ ਸੀ ਪੰਜਾਬ ਦਾ, ਮਹਾਰਾਜਾ ਰਣਜੀਤ ਸਿੰਘ ਜੀ ਦਾ। ਅੱਜ ਉਹ ਗੁੰਗੇ ਖਤਮ ਹੀ ਹੋ ਗਏ। ਸੋ ਜੇ ਅੱਜ ਨਹੀਂ ਜਾਗਾਂਗੇ ਫੇਰ ਕਦੀ ਨਹੀਂ ਜਾਗ ਸਕਾਂਗੇ। ਮੈਂ ਪਹਿਲਾਂ ਵੀ ਇਹ ਗੱਲ ਦੱਸਦੀ ਹੁੰਦੀ ਹੈ ਕਿ ਮੈਨੂੰ ਬੜੇ ਲੋਕਾਂ ਨੇ ਸਲਾਹ ਦਿੱਤੀ ਜਦ ਮੈਂ ਪਹਿਲੇ ਦਿਨ ਕੈਂਪੇਨ 'ਤੇ ਆਉਣਾ ਸੀ ਕਿ ਬੀਬਾ ਜੀ ਚੁੰਨੀਆਂ ਨਾਲ ਗੱਡੀ ਭਰ ਕੇ ਲਿਜਾਇਆ ਜੇ ਵੋਟ ਤਾਂ ਪਊਗੀ। ਜਿਹੜੀ ਔਰਤ ਨਾਲ ਬੀਬਾ ਜੀ ਚੁੰਨੀ ਵਟਾ ਲੈਂਦੇ ਨਾ ਉਹਦੀ ਵੋਟ ਪੱਕੀ ਹੋ ਜਾਂਦੀ ਹੈ। ਅਤੇ ਪਿੰਡਾਂ 'ਚ ਮੈਨੂੰ ਇਹ ਪਤਾ ਲੱਗਿਆ ਕਿ ਬੀਬਾ ਜੀ 20 ਦੀ ਚੁੰਨੀ ਦੇ ਕੇ ਅਤੇ 250 ਦੀ ਲੈ ਜਾਂਦੇ ਹੈ। ਇਹ ਗੱਲ ਪਿੰਡਾਂ ਵਾਲੀਆਂ ਔਰਤਾਂ ਨੇ, ਬਜ਼ੁਰਗਾਂ ਨੇ ਮੈਨੂੰ ਦੱਸੀ। ਤਾਂ ਵੇਖੋ, ਵੋਟ ਚੁੰਨੀ ਵਟਾ ਕੇ ਬਿਲਕੁਲ ਨਹੀਂ ਲੈਣੀ। ਜਿਹਨੇ ਪਾਉਣੀ ਉਹ ਪਾਈ ਦਊਗਾ। ਮੈਂ ਗੁੰਮਰਾਹ ਕਰਕੇ ਵੋਟ ਕਿਸੇ ਨੂੰ ਬਿਲਕੁਲ ਨਹੀਂ ਲੈਣੀ। ਸੱਚ ਦੇ ਆਧਾਰ 'ਤੇ ਵੋਟ ਮੰਗਣੀ ਹੈ। ਜਿਹਨੂੰ ਸਾਡੀ ਗੱਲ ਚੰਗੀ ਲੱਗੂਗੀ, ਸਮਝ ਆਊਗੀ, ਪਾਊਗਾ। ਪਰ ਮੈਂ ਧੋਖਾ ਧੜੀ ਕਰਕੇ ਕਿ ਹਾਂ ਜੇ ਚੁੰਨੀ ਵਟਾ ਲਈਏ ਅਤੇ ਵੋਟ ਪੈ ਜੇ, ਉਹ ਨਹੀਂ ਚਾਹੀਦੀ। ਬਿਲਕੁਲ ਨਹੀਂ ਇਹ ਕੰਮ ਕਰਨਾ। ਬੜਿਆਂ ਲੋਕਾਂ ਦੀਆਂ ਸਲਾਹਾਂ ਸੀ ਪਰ ਨਹੀਂ ਮੰਨੀ। ਕੋਈ ਨੋਟ ਦੇ ਕੇ ਵੋਟ ਨਹੀਂ ਲੈਣੀ, ਕੋਈ ਗੁੰਮਰਾਹ ਕਰਕੇ ਵੋਟ ਨਹੀਂ ਲੈਣੀ। ਕਿ ਜਿੰਨੀਆਂ ਪੁਰਾਣੀਆਂ ਲੀਹਾਂ ਪਾਈਆਂ ਹੋਈਆਂ ਨਾ, ਆਓ ਆਪਾਂ ਸਾਰੇ ਰਲ ਕੇ ਇਹਨਾਂ ਨੂੰ ਖਤਮ ਕਰੀਏ। ਮੈਂ ਵੀ ਇਕੱਲੀ ਕੁਛ ਨਹੀਂ ਕਰ ਸਕਦੀ, ਇਕੱਲੀ ਕੋਸ਼ਿਸ਼ ਕਰ ਸਕਦੀ ਹੈ, ਤੁਹਾਨੂੰ ਦੱਸ ਸਕਦੀ ਹੈ, ਤੁਹਾਡੇ ਨਾਲ ਗੱਲਬਾਤ ਕਰਕੇ ਸਾਂਝੀਆਂ ਕਰ ਸਕਦੀ ਹੈ। ਪਰ ਜਿਹੜੀਆਂ ਰੀਤੀ ਰਿਵਾਜ਼ ਪੁਰਾਣੇ ਮਾੜੇ ਪਾਏ ਹੋਏ ਹੈ ਨਾ, ਜੇ ਇਹਨਾਂ ਨੂੰ ਨਹੀਂ ਖਤਮ ਕਰਾਂਗੇ ਤਾਂ ਸਫ਼ਰ ਆਪਾਂ ਹੀ ਸਾਰੇ ਕਰਦੇ ਹਾਂ। ਦੇਖੋ, ਪਹਿਲਾਂ ਪੰਜਾਬ ਦੇ ਖਜ਼ਾਨੇ ਖਾਲੀ ਹੋਏ, ਕਾਂਗਰਸ ਦੀ ਸਰਕਾਰ ਆਈ। ਸਰਕਾਰ ਨੇ ਆਉਣ ਤੋਂ ਬਾਅਦ ਦੱਸਿਆ ਜੀ 2.25 ਲੱਖ ਕਰੋੜ ਦਾ ਕਰਜ਼ਾ ਹੈ ਪੰਜਾਬ ਦੇ ਸਿਰ 'ਤੇ। ਇਹ ਸਰਕਾਰ ਦੇ ਸਿਰ 'ਤੇ ਨਹੀਂ, ਜਿੰਨੇ ਸਾਰੇ ਪੰਜਾਬੀ ਪੰਜਾਬ 'ਚ ਵੱਸਦੇ ਹੈ ਹਰੇਕ ਦੇ ਸਿਰ 'ਤੇ ਉਹ ਕਰਜ਼ਾ ਹੈ। ਬਾਦਲ ਸਾਹਿਬ ਜਾਣ ਤੋਂ ਪਹਿਲਾਂ, ਸਰਕਾਰ ਜਦੋਂ ਜਾਂਦੀ ਸੀ, ਜਾਣ ਤੋਂ ਪਹਿਲਾਂ 33,000 ਕਰੋੜ ਰੁਪਈਆ ਜਾਣ ਲੱਗੇ ਸੈਂਟਰ ਸਰਕਾਰ ਨੂੰ ਵਾਪਸ ਕਰ ਗਏ ਕਿ ਇਹ ਸਾਨੂੰ ਨਹੀਂ ਚਾਹੀਦਾ। ਸੋਚ ਕੇ ਵੇਖੋ, ਇਹ ਪੰਜਾਬ ਦੇ ਰਾਖੇ ਹੈ। ਤੁਸੀਂ ਸੋਚੋ ਕਿ ਕਰਜ਼ੇ 'ਚ ਸਰਕਾਰ ਹੈ, ਸਾਡੀ ਸਟੇਟ ਕਰਜ਼ੇ 'ਤੇ, ਤਾਂ ਤੁਸੀਂ ਜਾਣ ਲੱਗੇ ਉਹ ਸੈਂਟਰ ਤੋਂ ਆਇਆ ਪੈਸਾ ਸੀ। ਇਹਨਾਂ ਨੂੰ ਪਤਾ ਸੀ ਸਰਕਾਰ ਜਾਂਦੀ ਹੈ ਅਤੇ ਕਾਂਗਰਸ ਦੀ ਸਰਕਾਰ ਨੇ ਆਉਣਾ ਹੈ। ਜਾਣ ਲੱਗੇ ਉਹ ਪੈਸਾ ਸਾਰਾ ਵਾਪਸ ਕਰਕੇ ਸੈਂਟਰ ਨੂੰ ਭੇਜਤਾ ਇਹਨਾਂ ਨੇ। 2.25 ਲੱਖ ਕਰੋੜ ਦਾ ਕਰਜ਼ਾ ਛੱਡ ਗਏ ਪੰਜਾਬ 'ਤੇ। ਹਰ ਤੀਜੇ ਘਰ 'ਚ ਨਸ਼ਾ ਵਾੜਤਾ ਇਹਨਾਂ ਨੇ। ਵਾੜਿਆ ਕਿ ਨਹੀਂ ਵਾੜਿਆ? ਜਿੱਥੇ ਮੈਂ ਗਲਤ ਬੋਲਾਂ ਪਲੀਜ਼ ਮੈਨੂੰ ਖੜਾ ਹੱਥ ਕਰਕੇ ਟੋਕ ਦਿਆ ਜੇ। ਆਈ ਵੁੱਡ ਵੈਲਕਮ ਦੈਟ, ਮੈਨੂੰ ਚੰਗਾ ਲੱਗੂਗਾ ਜਿੱਥੇ ਮੈਨੂੰ ਗਲਤ ਗੱਲ 'ਤੇ ਮੈਨੂੰ ਟੋਕੋਂਗੇ। ਜੇ ਕਿਸੇ ਦਾ ਕੋਈ ਸਵਾਲ ਹੋਵੇ ਪਲੀਜ਼ ਮੈਨੂੰ ਜ਼ਰੂਰ ਪੁੱਛਿਆ ਜੇ। ਇਹ ਵੀ ਮੈਂ ਬੇਨਤੀ ਕਰਦੀ ਹਾਂ, ਰਿਕੁਐਸਟ ਕਰਦੀ ਹਾਂ ਕਿ ਸਵਾਲ ਹੋਵੇ ਤਾਂ ਜ਼ਰੂਰ ਪੁੱਛਿਆ ਜੇ, ਆਂਸਰ ਕਰਨਾ ਮੈਨੂੰ ਬਹੁਤ ਚੰਗਾ ਲੱਗੂਗਾ। ਕਰਜ਼ਾ ਛੱਡ ਕੇ ਨਸ਼ਾ ਵਾੜਤਾ ਪੰਜਾਬ ਸਟੇਟ ਦੇ ਵਿੱਚ। ਵੇਖੋ, ਨੌਜਵਾਨਾਂ ਦੇ ਸਿਰ 'ਤੇ ਸਾਡੀ ਸਟੇਟ ਚੱਲਦੀ ਸੀ, ਕਿਸਾਨੀ ਦੇ ਸਿਰ 'ਤੇ ਸਾਡੀ ਸਟੇਟ ਚੱਲਦੀ ਹੈ। ਇਹਨਾਂ ਨੇ ਨੌਜਵਾਨ ਜਿਨ੍ਹਾਂ ਨੇ ਕੰਮ ਕਰਕੇ ਤਰੱਕੀ ਕਰਕੇ ਆਪਦੇ ਘਰਾਂ ਨੂੰ ਤਾਂ ਲਿਜਾਉਣਾ ਸੀ, ਉਹਨਾਂ ਨੂੰ ਬਿਲਕੁਲ ਨਿਕੰਮੇ ਕਰਤਾ। ਜਿੱਥੇ ਪੰਜਾਬ ਨੂੰ ਇਹਨਾਂ ਨੇ ਕਾਸੇ ਜੋਗਾ ਨਾ ਛੱਡਣ ਦੀ ਕੋਸ਼ਿਸ਼ ਕੀਤੀ, ਪੰਜਾਬ ਅੱਜ ਵੀ ਵੱਸ ਰਿਹਾ ਹੈ। ਪੰਜਾਬੀ ਬੜੇ ਜੁਝਾਰੂ ਹੁੰਦੇ, ਬੜੇ ਮਿਹਨਤੀ ਹੁੰਦੇ, ਇਹ ਪੰਜਾਬ ਦਾ ਇਤਿਹਾਸ ਦੱਸਦਾ। ਜਦੋਂ ਵੀ ਕੋਈ ਪੁਰਾਣੇ ਸਮਿਆਂ ਦੇ ਵਿੱਚ ਜਦੋਂ ਵੀ ਮੁਗਲ ਲੁੱਟ ਕੇ ਆਉਂਦੇ ਸੀ ਨਾ ਦਿੱਲੀ, ਉਧਰਲੀਆਂ ਸਟੇਟਾਂ, ਤੇ ਜਾਣ ਦਾ ਰਸਤਾ ਪੰਜਾਬ 'ਚ ਹੁੰਦਾ ਸੀ, ਪਤਾ ਹੋਣਾ ਸਾਰਿਆਂ ਨੂੰ।
ਬਾਹਰ ਨਿਕਲਣ ਦਾ ਰਸਤਾ ਪੰਜਾਬ ਚ ਹੁੰਦਾ ਸੀ ਤੇ ਤੁਹਾਨੂੰ ਪਤਾ ਜੋ ਲੁੱਟ ਕਸੁੱਟ ਮੁਗਲ ਕਰਕੇ ਆਉਂਦੇ ਸੀ ਉਹ ਜਦੋਂ ਪੰਜਾਬ ਚੋਂ ਲੰਘਣ ਲੱਗਦੇ ਸੀ ਨਾ ਤੇ ਇੱਥੋਂ ਦੇ ਜੁਝਾਰੂ ਸ਼ੇਰ ਦਿਲ ਨੌਜਵਾਨ ਮੁਗਲਾਂ ਨੂੰ ਜਾਂਦੇ ਬਾਹਰ ਨਿਕਲਦਿਆਂ ਨੂੰ ਲੁੱਟ ਕੇ ਭੇਜਦੇ ਸੀ ਇੱਥੋਂ ਸਾਬਤ ਨਹੀਂ ਸੀ ਜਾਣ ਦਿੰਦੇ। ਬੜੀ ਵਾਰੀ ਮੇਰੇ ਦਿਮਾਗ 'ਚ ਆਇਆ ਕਿ ਪੰਜਾਬ ਦੇ ਆਰਕੀਟੈਕਚਰ ਦੇ ਵਿੱਚ ਪੁਰਾਣੀਆਂ ਚੀਜ਼ਾਂ ਕਿਉਂ ਨਹੀਂ ਜ਼ਿੰਦਾ। ਕੇਰਲਾ ਜਾਓ, ਰਾਜਸਥਾਨ ਜਾਓ, ਪੁਰਾਣਾ ਆਰਕੀਟੈਕਚਰ ਬਹੁਤ ਸੋਹਣਾ ਖੜਾ ਉੱਥੇ। ਤੇ ਜਦੋਂ ਕਿਸੇ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਇਹ ਜਵਾਬ ਦਿੱਤਾ, ਕਹਿੰਦੇ ਜੀ ਪੰਜਾਬ ਸ਼ੁਰੂ ਤੋਂ ਸਰਹੱਦਾਂ 'ਤੇ ਲੜਾਈਆਂ ਲੜਦਾ ਰਿਹਾ ਅਤੇ ਉਹਨਾਂ ਲੜਾਈਆਂ ਦੇ ਵਿੱਚ ਬੜੀਆਂ ਬਿਲਡਿੰਗਸ ਖਤਮ ਹੋ ਗਈਆਂ, ਇਸ ਲਈ ਆਰਕੀਟੈਕਚਰ ਵੀ ਖਤਮ ਹੋ ਗਿਆ। ਸੋ ਪੰਜਾਬ ਬਹੁਤ ਜੁਝਾਰੂਆਂ ਦਾ ਸੂਬਾ ਹੈ, ਇਹਨਾਂ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ ਖਤਮ ਕਰਨ ਦੀਆਂ। ਪਹਿਲਾਂ ਖਜ਼ਾਨੇ ਖਾਲੀ ਕੀਤੇ, ਫਿਰ ਨਸ਼ਿਆਂ 'ਤੇ ਲਾਏ, ਫਿਰ ਨੌਜਵਾਨ ਨਿਕੰਮੇ ਹੋ ਗਏ, ਕੰਮਾਂ ਜੋਗੇ ਨਹੀਂ ਰਹੇ, ਫਿਰ ਨੌਕਰੀਆਂ ਦੇਣ ਦੀ ਥਾਂ 'ਤੇ, ਕੰਮ ਦੇਣ ਦੀ ਥਾਂ 'ਤੇ ਇਹਨਾਂ ਨੇ ਆਪਦੇ ਹੋਟਲ ਬਣਾਏ। ਸੁੱਖ ਵਿਲਾਸ ਇੱਕ ਹੋਟਲ ਹੈ, ਪਤਾ ਹੋਣਾ ਸਾਰਿਆਂ ਨੂੰ ਕਿੰਨਾ ਉਹਦਾ ਇੱਕ ਰਾਤ ਦਾ ਕਿਰਾਇਆ ਹੈ, ਸਭ ਕੁਛ ਪਤਾ ਹੋਣਾ। ਬੀਬਾ ਜੀ ਨੇ ਆਪਦੇ ਕਾਗਜ਼ ਦਾਖਲ ਕਰਾਏ ਆ ਪਿੱਛੇ ਜੇ, ਅਤੇ ਅਗਲੇ ਦਿਨ ਅਖਬਾਰ 'ਚ ਖਬਰ ਆਈ ਕਿ ਜਿਹੜੀਆਂ ਗੱਡੀਆਂ ਬੀਬਾ ਜੀ ਦੇ ਕਾਗਜ਼ ਦਾਖਲ ਕਰਾਉਣ ਆਈਆਂ ਸੀ, ਅਖਬਾਰ ਦੀ ਖਬਰ ਸੀ, ਹੋ ਸਕਦਾ ਤੁਸੀਂ ਪੜ੍ਹੀ ਨਹੀਂ ਹੋਵੇ, ਅਤੇ ਜਿਹੜਾ ਉਹਨਾਂ 'ਚ ਤੇਲ ਪਿਆ ਸੀ ਉਹ ਗੱਡੀਆਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਗੱਡੀਆਂ ਸੀ। ਤੁਸੀਂ ਦੇਖੋ ਕਿ ਪਹਿਲਾਂ ਪੰਜਾਬ ਦੇ ਗੁਰਦੁਆਰੇ, ਹੁਣ ਇਹ ਦਿੱਲੀ ਦੇ ਗੁਰਦੁਆਰਿਆਂ ਨੂੰ ਪੈ ਗਏ। ਕਦੋਂ ਤੱਕ ਆਪਾਂ ਇਹ ਚੁੱਪ ਕਰਕੇ ਬੈਠੇ ਰਹਾਂਗੇ? ਕਿਤੇ ਤਾਂ ਫੁੱਲ ਸਟਾਪ ਲਾਉਣਾ ਹੈ ਕਿ ਨਹੀਂ ਲਾਉਣਾ? ਪਹਿਲਾਂ ਖਜ਼ਾਨੇ, ਫਿਰ ਨਸ਼ੇ, ਫਿਰ ਆਪਦਾ ਘਰ ਭਰੀ ਜਾਣਾ ਭਰੀ ਜਾਣਾ, ਕਿਤੇ ਰੋਕ ਹੀ ਨਾ ਲੱਗਣੀ, ਅਤੇ ਜਦੋਂ ਸਾਰੀਆਂ ਆਹਦਾ ਟੱਪ ਕੇ ਤੇ ਗੁਰੂ ਨੂੰ ਹੱਥ ਪਾ ਲਿਆ ਜਾ ਕੇ। ਇਹ ਗੁਰੂ ਦੇ ਸਕੇ ਕਦੀ ਵੀ ਨਹੀਂ ਸੀ, ਇਹਨਾਂ ਸਾਡੇ ਵਰਗਿਆਂ ਨੂੰ ਗੁਰੂ ਸਾਹਿਬ 'ਤੇ ਬੋਲਣ ਲਈ ਮਜਬੂਰ ਕਰਤਾ ਇਹਨਾਂ ਸਟੇਜਾਂ 'ਤੇ, ਜਦਕਿ ਗੁਰੂ ਸਾਹਿਬ ਦਾ ਅਤੇ ਵੋਟਾਂ ਦਾ ਕੋਈ ਸੰਬੰਧ ਨਹੀਂ। ਗੁਰੂ ਨਾਨਕ ਦੇਵ ਜੀ ਨੇ ਪੰਥ ਦੀ, ਇਸ ਧਰਮ ਦੀ ਸਥਾਪਨਾ ਕੀਤੀ ਸੀ ਕਿਸੇ ਹੋਰ ਕੰਮ ਵਾਸਤੇ, ਇਹਨਾਂ ਨੇ ਗੁਰੂ ਨੂੰ ਮਹਿਜ਼ ਵੋਟਾਂ ਵਰਤਣ ਵਾਸਤੇ ਛੱਡਤਾ। ਬਹੁਤ ਗੱਲਾਂ ਕਰਨ ਵਾਲੀਆਂ, ਸਮਾਂ ਇਜਾਜ਼ਤ ਨਹੀਂ ਦਿੰਦਾ। ਵੋਟ ਤੁਹਾਡੇ ਤੋਂ ਲੈਣੀ ਹੈ ਵਿਕਾਸ ਦੇ ਆਧਾਰ 'ਤੇ। ਵੇਖੋ ਪੰਜਾਬ ਦੇ ਸਭ ਤੋਂ ਅਮੀਰ ਆਖਾਂ ਕਿ ਲੁਟੇਰੇ ਆਖਾਂ, ਤੁਸੀਂ ਡਿਸਾਈਡ ਕਰੋ। ਐਸੇ ਪਰਿਵਾਰ ਨਾਲ ਟਾਕਰਾ ਹੈ ਜਿਨ੍ਹਾਂ ਨੇ ਸਾਰਾ ਪੰਜਾਬ ਇਹ ਸਫਾਇਆ ਕਰਕੇ ਆਪਦੀ ਜੇਬ 'ਚ ਪਾ ਲਿਆ, ਅਤੇ ਜਿਹੜੇ ਇਲੈਕਸ਼ਨ ਦੇ ਵਿੱਚ ਪਤਾ ਨਹੀਂ ਕਿੰਨੇ ਕਰੋੜ ਰੁਪਈਆ ਲਾ ਦੇਣਗੇ, ਹੋ ਸਕਦਾ 100 ਕਰੋੜ ਵੀ ਲਾ ਦੇਣ, ਅਤੇ ਜਿਨ੍ਹਾਂ ਨੇ ਇਲੈਕਸ਼ਨ ਲੜਨਾ ਹੀ ਪੈਸੇ ਦੇ ਸਿਰ 'ਤੇ ਹੈ ਬਿਕੋਜ਼ ਕੋਈ ਚੰਗਾ ਕੰਮ ਕੀਤਾ ਨਹੀਂ, ਅਤੇ ਸ਼ੁਕਰ ਹੈ ਮੈਂ ਤਾਂ ਕਹਿੰਦੀ ਅੱਜ ਜਨਤਾ ਨੂੰ ਪਤਾ ਲੱਗ ਗਿਆ। ਜੇ ਅੱਜ ਵੀ ਨਾ ਪਤਾ ਲੱਗਦਾ ਨਾ, ਫਿਰ ਤਾਂ ਡੈਮੋਕ੍ਰੇਸੀ ਕਿਲ ਹੋ ਜਾਂਦੀ, ਫਿਰ ਡੈਮੋਕ੍ਰੇਸੀ ਖਤਮ ਹੋ ਜਾਂਦੀ, ਫਿਰ ਕਿਤੇ ਇਹਦਾ ਦਿਨ ਨਾ ਜੇ ਕਿ ਇਹ ਵੋਟਾਂ ਹੀ ਨਾ ਪੈਣ ਦੇਣ, ਬਿਕੋਜ਼ ਇੱਥੇ ਇਹ ਜੇ ਹੈ ਉੱਤੇ ਮੋਦੀ ਇਹੋ ਜਿਹਾ, ਇਹ ਸਭ ਰਲੇ ਹੋਏ ਆ। ਬੀਬਾ ਜੀ ਨੂੰ ਸਵਾਲ ਬਹੁਤ ਹੈ ਕਰਨ ਵਾਲੇ। ਬੀਬਾ ਜੀ ਕੋਲ ਇੱਕ ਮਹਿਕਮਾ ਸੀ ਫੂਡ ਪ੍ਰੋਸੈਸਿੰਗ ਦਾ, ਆਪਣੇ ਸਾਰਿਆਂ ਦੇ ਘਰਾਂ ਦੇ ਵਿੱਚ ਫੂਡ ਪ੍ਰੋਸੈਸਿੰਗ ਡਿਪਾਰਟਮੈਂਟ ਦੀਆਂ ਚੀਜ਼ਾਂ ਹਰੇਕ ਦੇ ਘਰਾਂ 'ਚ ਰੋਜ਼ ਆਉਂਦੀਆਂ। ਜਿੰਨਾ ਪੈਕਟਸ ਵਿੱਚ ਫੂਡ ਬੰਦ ਆਉਂਦਾ ਨਾ, ਉਹ ਸਭ ਬੀਬਾ ਜੀ ਦੇ ਮਹਿਕਮੇ ਦਾ ਸੀ। ਜੇ ਬੀਬਾ ਜੀ ਨੇ ਬਾਹਲਾ ਨਹੀਂ ਕੁਛ ਥੋੜ੍ਹਾ ਬਹੁਤ ਹੀ ਆਪਦੇ ਇਲਾਕੇ ਵਾਸਤੇ ਕਰਨਾ ਹੁੰਦਾ ਨਾ, ਤਾਂ ਕੋਈ ਵੱਡੀ ਗੱਲ ਨਹੀਂ ਸੀ। ਬੀਬਾ ਜੀ ਫੂਡ ਪ੍ਰੋਸੈਸਿੰਗ ਦੇ 2 ਵੱਡੇ ਯੂਨਿਟ ਬਠਿੰਡਾ ਇਲਾਕੇ 'ਚ ਲਿਆਉਂਦੇ, ਨਾਲੇ ਤਾਂ ਕਿਸਾਨ ਸੌਖਾ ਹੋ ਜਾਂਦਾ,
ਤੇ ਨਾਲੇ ਨੌਜਵਾਨਾਂ ਨੂੰ ਨੌਕਰੀ ਮਿਲ ਜਾਂਦੀ। ਰੋਜ਼ਗਾਰ ਦਾ ਇੱਕ ਬਹੁਤ ਵੱਡਾ ਸਾਧਨ ਬਠਿੰਡਾ ਹਲਕੇ ਦੇ ਅੰਦਰ ਖੜਾ ਹੋ ਸਕਦਾ ਸੀ, ਪਰ ਕੋਈ ਮਿਹਨਤ ਕਰਨ ਦੀ ਲੋੜ ਨਹੀਂ ਸੀ। ਸੂਬੇ 'ਚ ਇਹਨਾਂ ਦੀ ਸਰਕਾਰ ਸੀ, ਸੈਂਟਰ 'ਚ ਵੀ ਇਹਨਾਂ ਦੀ ਸਰਕਾਰ ਸੀ, ਬੀਬਾ ਜੀ ਮੰਤਰੀ ਸੀ, ਬੀਬਾ ਨੂੰ ਕੋਈ ਨਹੀਂ ਸੀ ਰੋਕ ਸਕਦਾ। ਬੀਬਾ ਨੇ ਸਿਰਫ ਕੋਈ ਜਿਹੜੀਆਂ ਵੱਡੀਆਂ ਕੰਪਨੀਆਂ ਉਹਨਾਂ ਨੂੰ ਹੁਕਮ ਲਾਉਣਾ ਸੀ ਕਿ ਭਾਈ ਜਾਓ ਤੇ ਮੇਰੇ ਇਲਾਕੇ 'ਚ ਜਾ ਕੇ ਆਪਦੀ ਇੰਡਸਟਰੀ ਖੋਲੋ। ਉਹਨਾਂ ਨੇ ਹੱਸ ਕੇ ਖੋਲ ਦੇਣੀ ਸੀ, ਪਰ ਗੱਲ ਇਹ ਹੈ ਕਿ ਗੱਲਾਂ ਵੋਟਾਂ ਜਦੋਂ ਮੰਗਦੀਆਂ ਨਾ ਉਦੋਂ ਕਰਨੀਆਂ ਸੌਖੀਆਂ, ਪਰ ਜਦੋਂ ਜਾ ਕੇ ਤੁਸੀਂ ਦਫ਼ਤਰ 'ਚ ਬਹਿੰਦੇ ਹੋ, ਜਦੋਂ ਤੱਕ ਤੁਹਾਡੇ 'ਚ ਇੱਛਾ ਨਹੀਂ ਨਾ ਤਰੱਕੀ ਕਰਨ ਦੀ, ਜਦੋਂ ਤੱਕ ਤੁਹਾਡੇ 'ਚ ਸੋਚ ਨਹੀਂ ਕਿ ਆਮ ਇਨਸਾਨ ਕਿਹੜੀਆਂ ਮੁਸ਼ਕਿਲਾਂ 'ਚੋਂ ਲੰਘਦਾ ਹੈ, ਜਦੋਂ ਤੱਕ ਤੁਹਾਡੇ 'ਚ ਸਮਝ ਨਹੀਂ ਕਿ ਸਾਡਾ ਮੁਲਕ ਬੇਰੁਜ਼ਗਾਰੀ ਨਾਲ ਜੂਝ ਰਿਹਾ ਹੈ, ਉਦੋਂ ਤੱਕ ਇਹ ਚੀਜ਼ਾਂ ਦੇ ਵਿੱਚ ਚੇਂਜ ਕਦੀ ਨਹੀਂ ਆ ਸਕਦੀ। ਤੁਹਾਨੂੰ ਪਤਾ ਹੈ ਕਿ ਜਦੋਂ ਅੱਜ ਇੱਕ ਸਟੈਟਸ ਹੈ ਸਰਕਾਰ ਦੇ, ਜਿਹਦੇ ਵਿੱਚ ਇਹ ਹੈ ਕਿ ਜੇ ਸਾਰੇ ਨੌਜਵਾਨਾਂ ਨੂੰ ਨੌਕਰੀ ਲਾ ਦਿੱਤਾ ਜਾਵੇ, ਥਾਂ ਥਾਂ ਸਾਰੀਆਂ ਜੋਬਸ ਫਿਲ ਕਰ ਦਈਏ, ਉਸ ਤੋਂ ਬਾਅਦ 4 ਕਰੋੜ ਨੌਜਵਾਨ ਬੇਰੁਜ਼ਗਾਰ ਹੈ, ਉਸ ਤੋਂ ਬਾਅਦ ਇਹਦਾ ਹੱਲ ਇਹ ਹੈ ਕਿ ਨਵੇਂ ਨਵੇਂ ਰੋਜ਼ਗਾਰ ਦੇ ਸਾਧਨ ਪੈਦਾ ਕੀਤੇ ਜਾਣ। ਬੀਬਾ ਜੀ ਵੀ ਇੱਥੇ ਰੋਜ਼ਗਾਰ ਦਾ ਸਾਧਨ ਪੈਦਾ ਕਰ ਸਕਦੇ ਸੀ ਜੇ ਉਹਨਾਂ ਦੀ ਇੱਛਾ ਹੁੰਦੀ। ਕੋਈ 10-15 ਹਜ਼ਾਰ ਨੌਜਵਾਨ ਦੀ ਨੌਕਰੀ ਦਾ ਪ੍ਰਬੰਧ ਕਰਨਾ ਬੀਬਾ ਜੀ ਵਾਸਤੇ ਵੱਡੀ ਗੱਲ ਨਹੀਂ ਸੀ, ਪਰ ਗੱਲ ਇਹ ਹੈ ਕਿ ਵੋਟਾਂ ਹਮੇਸ਼ਾ ਸੋਚ ਸਮਝ ਕੇ ਪਾਓ। ਚੁਣਾਵ ਜਿਹੜਾ ਹੁੰਦਾ ਹੈ ਨਾ, ਇਹ ਇੱਕ ਵਾਰੀ ਕੀਤਾ ਜਾਂਦਾ ਹੈ 5 ਸਾਲਾਂ ਬਾਅਦ। ਐਸਾ ਉਮੀਦਵਾਰ ਚੁਣ ਕੇ ਲਿਆਓ ਜਿਹੜਾ ਤੁਹਾਡੀਆਂ ਮੁਸ਼ਕਿਲਾਂ ਦਾ ਹੱਲ ਕਰ ਸਕੇ। ਅੱਜ ਮੈਨੂੰ ਰੋਜ਼, ਵੈਸੇ ਤਾਂ ਜਦੋਂ ਪਿੰਡਾਂ 'ਚ ਜਾਈਦਾ ਹੈ ਤਾਂ ਰੋਜ਼ ਲੋਕ ਸਵਾਲ ਕਰਦੇ ਹੈ, ਅੱਜ ਮੈਂ ਇੱਕ ਗੱਲ ਨਵੀਂ ਵੇਖੀ। ਕੋਈ ਕਿੰਨੇ ਸਾਰੇ ਨੌਜਵਾਨ ਇਕੱਠੇ ਹੋ ਕੇ ਨਾ ਰੋਲਾ ਪਾਉਣ ਲੱਗ ਪਏ ਬਹੁਤ ਜ਼ਿਆਦਾ, ਕਿਉਂਕਿ ਨੌਜਵਾਨਾਂ ਨੂੰ ਇਹ ਲੱਗਦਾ ਕਿ ਬੀਬੀ ਬਾਦਲ ਜਵਾਬ ਨਹੀਂ ਦਿੰਦੇ ਤੇ ਸ਼ਾਇਦ ਅੰਮ੍ਰਿਤਾ ਵੜਿੰਗ ਵੀ ਜਵਾਬ ਨਾ ਦੇਵੇ। ਬਹੁਤ ਰੌਲਾ ਪਾਇਆ ਉਹਨਾਂ ਨੇ, ਉਹਨਾਂ ਨੂੰ ਮੈਂ ਭਾਲਿਆ ਆਰਾਮ ਨਾਲ, ਮੈਂ ਕਿਹਾ ਬਹਿ ਜਾਓ, 100 ਸਵਾਲ ਕਰੋ, ਇੱਕ ਇੱਕ ਸਵਾਲ ਦਾ ਜਵਾਬ ਦੇ ਕੇ ਜਾਊਂਗੀ, ਬਿਨਾਂ ਜਵਾਬ ਦਿੱਤਿਆਂ ਬਿਲਕੁਲ ਨਹੀਂ ਜਾਂਦੀ। ਇੱਕ ਇੱਕ ਸਵਾਲ ਦਾ ਜਵਾਬ ਦਿੱਤਾ। ਹੁਣ ਮੈਂ ਕੱਲ੍ਹ ਤੋਂ ਇਹ ਸੋਚਿਆ ਕਿ ਜਦੋਂ ਬੱਚੇ ਸਵਾਲ ਕਰਨ ਆਉਣਗੇ ਨਾ ਲਾਈਵ ਹੋ ਜਾ ਕਰੂੰਗੀ, ਕਿਉਂਕਿ ਤੇ ਜਦੋਂ ਮੈਂ ਬੰਦ ਕੀਤਾ ਸਾਰਿਆਂ ਦੇ ਜਵਾਬ ਦੇ ਦੇ ਤੇ ਪਿੱਛੋਂ ਮੁੰਡੇ ਪਤਾ ਕੀ ਬੋਲੀ ਜਾਣ, ਕਹਿੰਦੇ ਲੈ ਯਾਰ ਸਾਰੇ ਸਵਾਲਾਂ ਦੇ ਜਵਾਬ ਦੇ ਦੇ, ਐਵੇਂ ਪੁੱਛਿਆ ਕਹਿੰਦੇ ਇਹਨਾਂ ਨੂੰ, ਬੀਬੀ ਬਾਦਲ ਆਊਗੀ ਇਹਨੂੰ ਰੋਕਾਂਗੇ। ਵੇਖੋ ਲੋਕਾਂ ਦੀ ਮੈਂਟੈਲਿਟੀ ਕੀ ਹੋ ਗਈ ਕਿ ਐਵੇਂ, ਪਰ ਸਵਾਲ ਕਿਸ ਤਰ੍ਹਾਂ ਦੇ, ਕਹਿੰਦੇ ਜੀ ਇੰਡੀਅਨ ਆਇਲ ਦੇ ਡੀਪੂ ਹੈ ਸਾਨੂੰ ਤੁਸੀਂ ਨੌਕਰੀ ਨਹੀਂ ਦਿੰਦੇ ਇੰਡੀਅਨ ਆਇਲ ਦੇ। ਮੈਂ ਕਿਹਾ ਬਾਈ ਇੰਡੀਅਨ ਆਇਲ ਜਿਹੜਾ ਡਿਪਾਰਟਮੈਂਟ ਹੈ ਸੈਂਟਰ ਦੇ ਥੱਲੇ ਆਉਂਦਾ, ਪੰਜਾਬ ਸਰਕਾਰ ਨੌਕਰੀ ਦੇ ਹੀ ਨਹੀਂ ਸਕਦੀ, ਇਟਸ ਨੋਟ ਪੋਸੀਬਲ। ਕਹਿੰਦੇ ਜੀ ਸੈਂਟਰ 'ਚ ਤੁਹਾਡੀ ਸਰਕਾਰ ਹੈ, ਮਤਲਬ ਨੌਜਵਾਨਾਂ ਨੂੰ ਇਹ ਨਹੀਂ ਸੀ ਪਤਾ ਕਿ ਨੌਜਵਾਨ ਤੱਕ ਕੀ ਸੈਂਟਰ 'ਚ ਬੀਜੇਪੀ ਦੀ ਸਰਕਾਰ ਹੈ ਕਿ ਕਾਂਗਰਸ ਦੀ ਸਰਕਾਰ ਹੈ। ਉਦੋਂ ਮੇਰੇ ਤੋਂ ਗਲਤੀ ਇਹ ਹੋ ਗਈ ਜਦੋਂ ਇੰਨਾ ਉਹਨਾਂ ਨੇ ਰੌਲਾ ਪਾਇਆ, ਲਾਈਵ ਹੋਣਾ ਚਾਹੀਦਾ ਸੀ ਤੇ ਪਤਾ ਲੱਗ ਜਾਂਦਾ। ਹੋ ਸਕਦਾ ਕਿ ਬੁਖਲਾਹਟ ਵਿੱਚ ਆ ਕੇ ਇਹਨਾਂ ਨੇ ਆਪਦੇ ਬੰਦੇ ਨਾਲ ਭੇਜਦੇ ਹੋਣ, ਪਰ ਮੈਂ ਇੱਕ ਮੈਸੇਜ ਦੇਣਾ ਚਾਹੁੰਦੀ ਹਾਂ ਸਾਰਿਆਂ ਨੂੰ ਕਿ ਮੈਂ ਹਰ ਸਵਾਲ ਦਾ ਜਵਾਬ ਦੇਣਾ ਪਸੰਦ ਕਰਦੀ ਹਾਂ, ਐਂਡ 100 ਸਵਾਲ ਪੁੱਛੋ 100 ਦਾ 100 ਦਾ ਜਵਾਬ ਦੇਊਂਗੀ, ਕਿਸੇ ਸਵਾਲ ਤੋਂ ਭੱਜਦੀ ਨਹੀਂ, ਵਿੱਚ ਬਹਿ ਕੇ ਦੇ ਕੇ ਜਾਊਂਗੀ, ਸਲੀਕੇ ਨਾਲ ਪੁੱਛੋ। ਨੌਜਵਾਨਾਂ ਨੂੰ ਇਹ ਬੇਨਤੀ ਕਰਦੀ ਹਾਂ ਕਿ ਅੱਜ ਮੁਲਕ ਇੱਕ ਹੋਰ ਤ੍ਰਾਸਦੀ ਨਾਲ ਜੂਝ ਰਿਹਾ ਹੈ, ਬੜੀ ਵੱਡੀ ਤ੍ਰਾਸਦੀ ਆਪਣੇ ਮੁਲਕ ਦੀ। ਨੌਜਵਾਨਾਂ ਨੂੰ ਹੱਥ ਬੰਨ ਕੇ ਬੇਨਤੀ ਕਰਦੀ ਹੈ, ਔਰਤਾਂ ਦੀ ਇੱਜ਼ਤ ਕਰਨਾ ਸਿੱਖੋ, ਬੜੀ ਵੱਡੀ ਤ੍ਰਾਸਦੀ ਹੈ। ਰੋਜ਼ ਅਖਬਾਰਾਂ 'ਚ ਪੜ੍ਹਦੇ ਹਾਂ ਕੁੜੀਆਂ ਨਾਲ ਆਹ ਹੋ ਗਿਆ, ਫਲਾਨੀ ਥਾਂ ਆਹ ਹੋ ਗਿਆ, ਢਿਮਕੀ ਥਾਂ ਆਹ ਹੋ ਗਿਆ, ਬੜਾ
ਮਾਵਾਂ ਨੂੰ ਵੀ ਬੇਨਤੀ ਕਰਦੀ ਹਾਂ, ਆਪਦੇ ਬੱਚਿਆਂ ਨੂੰ ਬਚਪਨ ਤੋਂ ਹੀ ਮੁੰਡਿਆਂ ਨੂੰ ਖਾਸ ਕਰਕੇ ਇੱਕ ਸਲੀਕਾ ਸਿਖਾਓ ਤਾਂ ਕਿ ਕੁੜੀਆਂ ਨਾਲ ਗੱਲ ਕਰਨ ਦਾ ਤਰੀਕਾ ਜ਼ਰੂਰ ਸਿੱਖਣ ਬੋਇਜ਼। ਅੱਧੀਆਂ ਬਿਮਾਰੀਆਂ ਸੋਸਾਇਟੀ ਦੀਆਂ ਖਤਮ ਹੋ ਜਾਣਗੀਆਂ ਜੇ ਮੁੰਡਿਆਂ ਨੂੰ ਬਚਪਨ ਤੋਂ ਸਹੀ ਤਰੀਕੇ ਨਾਲ ਟ੍ਰੇਨ ਕੀਤਾ ਜਾਵੇ। ਵੈਸੇ ਇਹ ਸਟੇਜ ਉਸ ਉਹਨਾਂ ਗੱਲਾਂ ਦੀਆਂ ਨਹੀਂ, ਪਰ ਮੈਂ ਰੋਜ਼ ਹੁਣ ਦੇਖਦੀ ਹਾਂ ਜੋ ਸੁਣੀਦਾ ਵੇਖੀਦਾ ਤਾਂ ਗੱਲ ਕਹਿਣਾ ਮੈਨੂੰ ਚੰਗਾ ਲੱਗਿਆ। ਮਦਰਸ ਨੂੰ ਸਭ ਨੂੰ ਰਿਕੁਐਸਟ ਕਰਦੀ ਹਾਂ, ਕਿਸੇ ਨੇ ਕੋਈ ਸਵਾਲ ਪੁੱਛਣਾ ਹੈ ਪਲੀਜ਼, ਐਨੀਵਨ ਹੱਥ ਬੰਨ ਕੇ ਜਵਾਬ ਦੇਊਂਗੀ। ਵੈਸੇ ਤਾਂ ਮੇਰੇ ਬਜ਼ੁਰਗ ਬੈਠੇ, ਤੁਹਾਡੇ ਬੱਚਿਆਂ ਵੀ ਹੈ, ਮੇਰੇ ਤੋਂ ਜ਼ਿਆਦਾ ਸਿਆਣੇ ਹੋ ਤੁਸੀਂ। ਜਿਹੜੇ ਬੱਚੇ ਪੂਰੀ ਆਪਣੀ ਕੁਆਲੀਫਿਕੇਸ਼ਨ ਫੁਲਫਿਲ ਕਰ ਗਏ ਜੀ, ਬਹੁਤ ਜ਼ਿਆਦਾ ਮਿਹਨਤ ਕਰਕੇ ਐਜੂਕੇਟਡ ਹੈ ਜੀ, ਉਸ ਵਾਸਤੇ ਗੌਰਮੈਂਟ ਨੇ ਸੀ ਟੈਟ ਪੀ ਟੈਟ ਸਾਰੇ ਟੈਸਟ ਯਾਨੀ ਕਿ ਕਲੀਅਰ ਕਰ ਗਿਆ ਬੱਚਾ ਜੀ। ਉਸ ਤੋਂ ਬਾਅਦ ਵੀ ਇੱਕ ਬੱਚੀ ਨੌਕਰੀ ਵਾਸਤੇ 5000 ਵਾਸਤੇ ਤਰਲੇ ਮਾਰ ਰਹੀ ਹੈ ਜੀ। ਵੈਰੀ ਸੈਡ, ਥੈਂਕ ਯੂ ਫੋਰ ਯੋਰ ਕੁਐਸਚਨ। ਬਜ਼ੁਰਗ ਇਹ ਕਹਿ ਰਹੇ ਹੈ ਕਿ ਜਦੋਂ ਇੱਕ ਨੌਜਵਾਨ ਪੂਰਾ ਚੰਗੀ ਤਰ੍ਹਾਂ ਪੜ੍ਹ ਲਿਖ ਜਾਂਦਾ ਉਹਨੂੰ ਨੌਕਰੀ ਕਿਉਂ ਨਹੀਂ ਮਿਲਦੀ? ਓਕੇ, ਇਹਦਾ ਜਵਾਬ ਕੀ ਹੈ ਬਜ਼ੁਰਗੋ? ਲਿਸਨ, ਬੈਠ ਜਾਓ ਪਲੀਜ਼, ਆਰਾਮ ਨਾਲ ਬਹਿ ਜਾਓ, ਆਰਾਮ ਨਾਲ ਬਹਿ ਜਾਓ। ਦੇਖੋ, ਅੱਜ ਆਪਾਂ ਦੁਨੀਆਂ ਦੇ ਸੈਕਿੰਡ ਮੋਸਟ ਪਾਪੂਲੇਟਡ ਕੰਟਰੀ ਹੈ, ਠੀਕ ਹੈ। ਮੈਂ ਇੱਕ ਗੱਲ ਸ਼ੁਰੂ 'ਚ ਦੱਸੀ ਸੀ ਕਿ ਜਦੋਂ ਆਪਾਂ ਸਾਰੇ ਨੌਜਵਾਨਾਂ ਨੂੰ ਥਾਂ ਥਾਂ ਹੀ ਨੌਕਰੀ ਦੇ ਦਾਂਗੇ, ਸਾਰੀਆਂ ਪੋਸਟਾਂ ਭਰ ਦਿਆਂਗੇ, ਉਸ ਤੋਂ ਬਾਅਦ 4 ਕਰੋੜ ਨੌਜਵਾਨ ਬੇਰੁਜ਼ਗਾਰ ਰਹਿੰਦਾ ਹੈ ਨਾ, ਬੇਰੁਜ਼ਗਾਰ ਰਹਿੰਦਾ ਹੈ ਜਦੋਂ ਸਾਰੀਆਂ ਨੌਕਰੀਆਂ ਭਰ ਜਾਂਦੀਆਂ ਉਸ ਤੋਂ ਬਾਅਦ, ਰਾਈਟ? ਬਿਕੋਜ਼ ਪੋਸਟਾਂ ਓਨੀਆਂ ਹੀ ਹੈ, ਮੁਲਕ ਓਡਾ ਹੀ ਹੈ, ਏਰੀਆ ਓਡਾ ਹੀ ਹੈ। ਇਹਦੇ ਲਈ ਇੱਕ ਸਭ ਨਾਲੋਂ ਵੱਡੀ ਜ਼ਰੂਰਤ ਇਹ ਹੈ, ਰੋਜ਼ਗਾਰ ਦੇ ਨਵੇਂ ਨਵੇਂ ਸਾਧਨ ਪੈਦਾ ਕਰੋ ਤਾਂ ਕਿ ਲੋਕਾਂ ਦੇ ਘਰ ਚੱਲ ਸਕਣ, ਜਿਹੜੇ ਇੰਨੇ ਐਜੂਕੇਟਡ ਬੱਚੇ ਹੈ ਉਹ ਥਾਂ ਥਾਂ ਹੀ ਅੱਗੇ ਰਿਸਪੈਕਟੇਬਲ ਪੋਜੀਸ਼ਨ 'ਤੇ ਪਹੁੰਚ ਸਕਣ। ਨਵੇਂ ਰੋਜ਼ਗਾਰ ਸਾਧਨ ਪੈਦਾ ਕਰਨ ਦੀ ਲੋੜ ਹੈ ਇਹਨਾਂ ਗੱਲਾਂ ਵਾਸਤੇ, ਰਾਈਟ? ਬੈਠੇ ਰਹਿੰਦੇ, ਪਲੀਜ਼ ਕਿਸੇ ਨੂੰ ਨਾ ਛੱਡੋ, ਇਟਸ ਓਕੇ। ਅਸੀਂ ਪਹਿਲਾਂ ਚਾਹੁੰਦੇ ਸੀ, ਅੱਜ ਤੋਂ ਮੈਂ ਥਰਮਲ ਦੇ ਵਿੱਚ ਜੋਬ ਕੀਤੀ ਹੈ, ਉਸ ਤੋਂ ਪਹਿਲਾਂ ਵੀ ਸਾਰੇ ਯੂਨੀਅਨ ਦੇ ਸਾਡੇ ਐਕਸ਼ਨ ਸਾਹਿਬ ਸਾਡੇ ਸੁਖਮੰਦਰ ਸਿੰਘ ਜੀ ਬੈਠੇ ਆ ਜਿਹੜੇ, ਅਸੀਂ ਉਦੋਂ ਵੀ ਸਾਡੇ ਥਰਮਲ ਦੇ ਉੱਤੇ ਯਾਨੀ ਕਿ ਇਹੀ ਕਿਹਾ ਜਾਂਦਾ ਸੀ ਕਿ ਸਾਰਾ ਦੇਸ਼ ਯਾਨੀ ਕਿ ਹੋ ਜਾਵੇ ਇਸ ਗੱਲ ਦੇ ਪ੍ਰਾਈਵੇਟੇਸ਼ਨ ਕਰ ਦਿਓ, ਲੇਕਿਨ ਇੱਕ ਵਿੱਦਿਆ ਦਾ ਇੱਕ ਇਹੋ ਜਿਹਾ ਅਦਾਰਾ ਜਿਹਨੂੰ ਪ੍ਰਾਈਵੇਟੇਸ਼ਨ ਜਿਹਦੀ ਨਹੀਂ ਹੋਣੀ ਚਾਹੀਦੀ, ਹਾਂ ਨਹੀਂ ਹੋਣੀ ਚਾਹੀਦੀ, ਲੇਕਿਨ ਸਾਡੇ ਬੱਚੇ ਜਿੱਥੇ ਹੁਣ ਪੜ੍ਹਦੇ ਆ ਲੇਕਿਨ ਸਭ ਤੋਂ ਜ਼ਿਆਦਾ ਪ੍ਰਾਈਵੇਟੇਸ਼ਨ ਇੱਥੇ ਹੋਈ ਹੈ ਜੀ। ਦੇਖ ਲਓ, ਸਮਝ ਲਓ ਬਜ਼ੁਰਗੋ, ਗੱਲ ਇਹ ਹੈ ਹਰ ਥਾਂ 'ਤੇ ਸਰਕਾਰੀ ਸਕੂਲ ਚੱਲਦੇ ਹੈ, ਹਰ ਪਿੰਡ ਦੇ ਵਿੱਚ ਸਰਕਾਰੀ ਸਕੂਲ ਹੈ। ਹੁਣ ਗਵਰਨਮੈਂਟ ਨੇ ਕੀ ਕੀਤਾ ਮੈਂ ਦੱਸਦੀ ਹਾਂ ਤੁਹਾਨੂੰ, ਪੰਜਾਬ ਗਵਰਨਮੈਂਟ ਨੇ ਸਰਕਾਰੀ ਸਕੂਲਾਂ ਨੂੰ ਆਹ ਪਹਿਲੀ ਵਾਰੀ ਕੀਤਾ, ਕਾਂਗਰਸ ਗਵਰਨਮੈਂਟ ਨੇ ਸਰਕਾਰੀ ਸਕੂਲਾਂ ਨੂੰ ਪਹਿਲੀ ਵਾਰੀ ਸਮਾਰਟ ਸਕੂਲ ਵਿੱਚ ਕਨਵਰਟ ਕਰਨਾ ਸ਼ੁਰੂ ਕਰਤਾ। ਅਸੀਂ ਆਪ, ਮੈਂ ਆਪਦੀ ਗੱਲ ਦੱਸ ਰਹੀ ਹਾਂ, ਗਿੱਦੜਵਾਹਾ ਦੇ ਵਿੱਚ ਮੈਨੂੰ ਨੰਬਰ ਨਹੀਂ ਯਾਦ ਉਹਨਾਂ ਦਾ ਕਿੰਨੇ ਕੀਤੇ, ਪਰ ਅਸੀਂ ਆਪ ਪ੍ਰਾਈਵੇਟ ਸਕੂਲਾਂ 'ਚ ਸਮਾਰਟ ਸਕੂਲ ਨਹੀਂ ਹੋਏ ਸਾਰੇ, ਪਰ ਸਰਕਾਰੀ ਸਕੂਲ ਅਸੀਂ ਆਪ ਸਮਾਰਟ ਸਕੂਲ ਕੀਤੇ ਹੈ ਗਿੱਦੜਵਾਹਾ 'ਚ। ਆਈ ਐਮ ਸ਼ੋਰ ਬਠਿੰਡਾ 'ਚ ਵੀ ਹੋਏ ਹੋਣਗੇ ਜੇ ਕਿਸੇ ਨੇ ਪੈਰਵਾਈ ਕੀਤੀ ਹੋਵੇਗੀ। ਇੱਥੇ ਤਾਂ ਮਨਪ੍ਰੀਤ ਬਾਦਲ ਜੀ ਇੱਥੇ ਤੋਂ 100% ਹੀ ਹੋਏ ਹੋਣਗੇ, ਹੋਏ ਹੈ ਨਾ, ਜ਼ਰੂਰ ਹੋਏ ਹੋਣਗੇ, ਹਾਂ ਹੋਏ ਹੋਣਗੇ, ਹਾਂਜੀ ਹੋਏ ਹੋਣਗੇ, ਇਹ ਸਰਕਾਰ ਦੀ ਪਾਲਿਸੀ ਹੈ। ਹਾਂਜੀ ਮੈਡਮ ਜੀ, ਜਿਹੜੇ ਇੰਪਲਾਈ ਹੈਗੇ ਆ ਉਹਨਾਂ ਨੇ 2004 ਤੋਂ ਪੈਨਸ਼ਨ ਬੰਦ ਕਰਤੀ ਸਰਕਾਰ ਨੇ,
ਤੇ ਜਦੋਂ ਕਿ ਜਿਹੜਾ ਐਮ ਐਲ ਏ ਆ ਉਹ ਜਦੋਂ ਇੱਕ ਵਾਰੀ ਜਿੱਤ ਗਿਆ ਤਾਂ ਵੀ ਪੈਨਸ਼ਨ ਹੈ, ਦੋ ਵਾਰੀ ਜਿੱਤ ਗਿਆ ਤਾਂ ਵੀ, ਨੌ ਨੌ ਵਾਰ ਪੈਨਸ਼ਨ ਲੈ ਰਹੇ ਆ, ਜਿਹਨਾਂ ਐਮ ਐਲ ਏ ਨੂੰ 5-5 ਲੱਖ ਪੈਨਸ਼ਨ ਮਿਲ ਰਹੀ ਹੈ, ਤੇ ਉਹ ਮੁਲਾਜ਼ਮਾਂ ਨੂੰ ਬੇਚਾਰਿਆਂ ਨੂੰ ਤਨਖਾਹ ਬੰਦ, ਉਹਨਾਂ ਦੀ ਬੰਦ ਕਰਤੀ ਐਸਾ। ਓਕੇ ਵੇਖੋ ਇਹ ਬਿਲਕੁਲ 100% ਸਹੀ ਜਵਾਬ ਹੈ ਅੰਕਲ, ਮੈਂ ਤੁਹਾਡੇ ਨਾਲ ਹੈ ਇਸ ਗੱਲ ਤੇ। ਹਾਂ ਮੈਂ ਤੁਹਾਡੇ ਨਾਲ ਹੈ ਇਸ ਗੱਲ ਤੇ। ਇਹ ਪਾਲਿਸੀ ਬਦਲਣ ਵਾਸਤੇ ਇਹ ਸੈਂਟਰਲ ਗਵਰਨਮੈਂਟ ਦੀ ਪਾਲਿਸੀ ਹੈ, ਇਹ ਪੰਜਾਬ ਸੂਬੇ ਦੀ ਪਾਲਿਸੀ ਨਹੀਂ। ਜਿਹੜੀ ਇਹ ਪਾਲਿਸੀ ਹੈ ਸੈਂਟਰਲ ਗਵਰਨਮੈਂਟ ਬਣਾਉਂਦੀ ਹੈ, ਤੇ ਸੈਂਟਰ ਦੇ ਵਿੱਚ ਸਰਕਾਰ ਆਵੇ ਤਾਂ ਇਹਦੇ ਵਿੱਚ ਬਦਲਾਵ ਆ ਸਕਦਾ ਹੈ। ਇਹ ਪੰਜਾਬ ਸੂਬੇ ਦੀ ਪਾਲਿਸੀ ਨਹੀਂ, ਪੰਜਾਬ ਸਟੇਟ ਇਹਦੇ ਤੇ ਪਾਲਿਸੀ ਨਹੀਂ ਬਣਾ ਸਕਦੀ। ਐਨੀਬਡੀ ਐਲਸ? ਠੀਕ ਹੈ ਜੀ, ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।